अब मेन दरवाजे पर पहुंच चुके हैं हम लोग, इंशाल्लाह आगे आपको मज़ार शरीफ दिखाएंगे और वो रस्ती जल की यहाँ आवाम कितनी आई हुई है वो आप देखेंगे जी। ये मज़ार शरीफ के सामने हम पहुंच चुके हैं और महफ़ल जा रही है, सामने आपको नज़र आ रहा है आवाम भी काफ़ी आ रही है। अभी दिन के 12 बजे हैं तो अभी काफ़ी ज़्यादा आवाम है, लेकिन जूँ जूँ शाम होगी यहाँ पर पाँव रखने की जगह भी नहीं मिलती, बहुत ज़्यादा आवाम होती है इधर। ये लोग वज़ू कर रहे हैं, वज़ू का काफ़ी जिन दोस्तों की मोटरसाइकिल मोटर बाइक या गाड़ी खड़ी है उनसे इल्तिमास है कि फौरन वहाँ से अपनी मोटरसाइकिल जो है वो बाहर स्टैंड पे ले जाएगी। इल्तिमास कर रहा हूँ, सलाम अदब करता हूँ। इस वक्त हम मरकज़ अनवार व तजल्लियात पर मौजूद हैं, आप मेरे पीछे देख सकते हैं मज़ार मुक़दस। अंदर बहुत ज़्यादा रश होने की वजह से हम आपको ज़्यारत तो नहीं करवा सकते, लेकिन बाहर से ही आप लोग देख सकते हैं कि आज बहुत ज़्यादा रश है क्योंकि उर्स मुबारक है। आज मुख्तलिफ़ उम्र के नौजवान, औरतें, बच्चे, बूढ़े, गर्द के हर उम्र के लोग यहाँ पर मौजूद हैं। अल्लाह ताला ने इस मज़ार को रुश्द व हदायत के लिए बनाया हुआ है।
ਸਾਡਾ ਤੇ ਨਾਂ ਵੀ ਉਹਨਾਂ ਰੱਖਿਆ ਦਾ ਮਾਸ਼ਾਅੱਲਾ ਸਾਡਾ ਤੇ ਨਾਂ ਵੀ ਉਹਨਾਂ ਰੱਖਿਆ ਦਾ ਕੀ ਨਾਂ ਰੱਖਿਆ ਤੁਹਾਡਾ ਮੁਹੰਮਦ ਬੂਟਾ ਮਾਸ਼ਾਅੱਲਾ ਉਹਨਾਂ ਦੇ ਸਦਕੇ ਆ ਰਹੇ ਆ ਤੇ ਜੀ ਵੀ ਰਹੇ ਆ ਇਹਨਾਂ ਦੀ ਮਦਦ ਨਾਲ ਹਾਂ ਇਹਨਾਂ ਦੇ ਬਹੁਤ ਸਾਡੇ ਕਰਮ ਨੇ ਇਹਨਾਂ ਤੇ ਮਤਲਬ ਬੜੀਆਂ ਬੜੀਆਂ ਸਖਤੀਆਂ ਵੀ ਆਈਆਂ ਨੇ ਲੇਕਿਨ ਇਹਨਾਂ ਨੇ ਜਿਹੜੀ ਗੱਲ ਅੱਜ ਤੋਂ ਸਾਲ ਪਹਿਲਾਂ ਹੋਣੀਆਂ ਪਹਿਲਾਂ ਦੱਸੀ ਆ ਸਾਨੂੰ ਇੱਕ ਦੇ ਕਿਸੇ ਦੇ ਵਾਕਿਆ ਨਹੀਂ ਹੈ ਆਪਣੇ ਦੇਖਣ ਦਾ ਵਾਕਿਆ ਪੀ ਅਲੀ ਹਸਨ ਜਿਹੜੇ ਹਨ ਸਾਡੇ ਮਤਲਬ ਪਿਆਰੇ ਹਨ ਸਾਡੇ ਵਾਲਦਿਆਂ ਨੂੰ ਆਵਾਜ਼ ਮਾਰ ਕੇ ਇਹ ਉਦੋਂ ਦਰਬਾਰ ਬਣਦੇ ਪਏ ਹਨ ਮਾਰਤਾਂ ਬਿਲਕੁਲ ਤੇ ਇੱਕ ਬੰਦੇ ਆਏ ਹਨ ਸਾਡੇ ਅੱਬੇ ਨਾਲ ਤੇ ਉਹਨਾਂ ਨੂੰ ਇਹ ਦਾਬਾ ਮਾਰਿਆ ਮੇਰੇ ਅੱਬਾ ਜੀ ਕੋਲ ਖਲੋਤੇ ਸੀ ਉਹਨਾਂ ਨੂੰ ਲੱਭ ਕੇ ਲਿਆ ਇਹ ਉਦੋਂ ਖੁੱਲੀ ਜਗ੍ਹਾ ਸੀ ਸਾਰੀ ਖੁੱਲੀ ਜਗ੍ਹਾ ਸੀ ਸਾਰੀ ਤੇ ਮਤਲਬ ਫਿਰ ਉਹਨਾਂ ਨੇ ਦਾਬਾ ਐਸਾ ਮਾਰਦਾ ਸੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਮੇਰੇ ਲਾਗੇ ਖਲੋਤੇ ਦੇ ਹਨ ਤੋਂ ਲੱਭਦੇ ਫਿਰਦੇ ਹਨ ਤੇ ਚੀਰਾ ਜਾ ਗਿਆ ਤੈਨੂੰ ਪਤਾ ਨਹੀਂ ਲੱਗਦਾ ਪਿਆ ਇਹ ਤੇਰੇ ਕੋਲ ਖਲੋਤੇ ਦੇ ਨੇ ਇਹ ਅਲੀ ਹਸਨ ਦਾ ਅਸੀਂ ਤੇ ਬਹੁਤ ਹੀ ਉਹਨਾਂ ਦੇ ਤਾਰੀਫ ਜਿੰਨੀ ਕੀਤੀ ਹੈ ਉਨੀ ਕੰਮ ਹੈ ਬਹੁਤ ਹੀ ਸ਼ੁਕਰੀਆ ਉਹਨਾਂ ਦਾ ਉਹਨਾਂ ਦੇ ਸਦਕੇ ਆ ਰਹੇ ਹਾਂ ਜਦੋਂ ਵੀ ਉਰਸ ਐਲ ਤੇ ਨਹੀਂ ਆਉਂਦੇ ਸਾਰਿਆਂ ਦੇ ਆ ਜਾਂਦੇ ਅਸੀਂ ਦੇ ਸਾਰਿਆਂ ਤੇ ਲੇਕਿਨ ਅਸੀਂ ਤਾਂ ਆਉਂਦੇ ਹਾਂ ਭਾਵੇਂ ਉਰਸ ਸਾਨੀ ਦਾ ਹੋਏ ਇਹਨਾਂ ਦਾ ਦੂਸਰਿਆਂ ਦਾ ਹੋਏ ਤੈਨੂੰ ਸਤਾਈ ਨੂੰ ਸਾਰੀਆਂ ਸਾਡੇ ਅਸੀਂ ਇਹਨਾਂ ਦੇ ਖਾਤਰ ਆਉਂਦੇ ਹਾਂ ਹਾਂਜੀ ਹੋਰ ਸਾਨੂੰ ਅੱਲਾਹ ਤਾਲਾ ਕਾਮ ਬਹੁਤ ਕਾਬਲ ਨੇ ਸਾਰਿਆਂ ਦਾ ਇਤਰਾਮ ਕਰਨੇ ਅਸੀਂ ਤੇ ਇਹ ਅੱਗੇ ਭਾਵੇਂ ਜਿਸਾ ਮਰਜ਼ੀ ਇਹਨਾਂ ਦਾ ਆਪਣਾ ਹਿਸਾਬ ਹੈ ਉਹਨਾਂ ਦੇ ਮਤਲਬ ਸਦਕੇ ਸਭ ਕੁਛ ਦੇ ਰਿਹਾ ਰੱਬ ਬਜ਼ੁਰਗ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮੁਹੰਮਦ ਯਕੂਬ ਕਿੱਥੋਂ ਆਏ ਹੋ ਜੜਾਲੇ ਫੈਸਲਾਬਾਦ ਤੋਂ ਫੈਸਲਾਬਾਦ ਮਾਸ਼ਾਅੱਲਾ ਤੁਸੀਂ ਇਹਨਾਂ ਦੇ ਮੰਨਣ ਵਾਲੇ ਹੋ ਬੜਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਉਂਦੇ ਆ ਮੇਰਾ ਦਾਦੀ ਤੇ ਦਾਦਾ ਹਿੰਦੁਸਤਾਨ ਨੂੰ ਆਉਂਦਾ ਸੀ ਮਾਸ਼ਾਅੱਲਾ ਇਹ ਨੇੜੇ ਦੀਆਂ ਗੱਲਾਂ ਜੇ ਪੀਰ ਦਾ ਸਾਨੀ ਸਰਕਾਰ ਉੱਥੇ ਜਾਂਦੇ ਸਾਡੇ ਪਿੱਛੇ ਸਾਡੇ ਦਾਦੀ ਦਾਦੇ ਕੋਲ ਗੁਰਦਾਸਪੁਰ ਸਾਡਾ ਜ਼ਿਲ੍ਹਾ ਵਾ ਬਨਿਆਨਪੁਰ ਪਿੰਡ ਵਾ ਉਹਦੇ ਵਿੱਚੋਂ ਬਾਹਰ ਬਸਤੀ ਬਣੀ ਹੋਈ ਸੀ ਅਤੇ ਉੱਥੇ ਜਾਂਦੇ ਸੀ ਘੋੜੀ 'ਤੇ ਖੱਚਰਾਂ ਹੁੰਦੀਆਂ ਜਿਹੜਾ ਉੱਥੇ ਕੋਈ ਲੱਦਾ ਲੁੱਦਾ ਆਪਣਾ ਦਾਣਾ ਫੱਕਾ ਜਿਵੇਂ ਦਾਣਾ ਆਪਣੇ ਤੋਦੇ ਨਾ ਜੋ ਖਚਰਿਆਂ ਦਾ ਲੱਦ ਕੇ ਲਿਆਉਣਾ ਤੁਹਾਡਾ ਤੇ ਪੀਰਾਂ ਨਾਲ ਬੜਾ ਫਿਰ ਗਹਿਰਾ ਤਲਕ ਰਿਹਾ ਸਾਰੇ ਜੱਲੀ ਪੁਸ਼ਤੀ ਪਿਛਲੇ ਨਸਲਾਂ ਤੋਂ ਰੱਖ ਕੇ ਤੁਰਿਆ ਮਾਸ਼ਾਅੱਲਾ ਸਰਕਾਰ ਦੇ ਸਾਡੇ ਜਿਹੜਾ ਦਾਦੀ ਦਾਦਾ ਸੀ ਹਾਂਜੀ ਸਾਡੇ ਜਿਹੜਾ ਦਾਦੀ ਦਾਦਾ ਉਹ ਇਕੱਲੇ ਦਾਦੀ ਵੀ ਇਕੱਲੀ ਸੀ ਉਹਦਾ ਕੋਈ ਭੈਣ ਭਰਾ ਨਹੀਂ ਸੀ ਦਾਦੇ ਸਾਡਾ ਵੀ ਕੋਈ ਭੈਣ ਭਰਾ ਨਹੀਂ ਸੀ ਇਹ ਨਸਲ ਤੁਰੀ ਆਉਂਦੇ ਸੀ ਇੱਕ ਦਾ ਇੱਕ ਹੀ ਤੁਰਿਆ ਹੁੰਦਾ ਇੱਕ ਦਾ ਇੱਕ ਹੀ ਤੁਰਿਆ ਹੁੰਦਾ ਸੀ ਸਾਡੇ ਜੋ ਦਾਦੀ ਦਾਦਾ ਨੇ ਆਣ ਕੇ ਤਦਕ ਜ਼ਿਆਦਾ ਕੀਤਾ ਅੱਲਾ ਪਾਕ ਨੇ ਕਰਮੀ ਤਾਂ ਪੰਜ ਭੈਣਾਂ ਹੋਈਆਂ ਫੁੱਫੀਆਂ ਸਾਡੀਆਂ ਪੰਜ ਸਾਡੇ ਬਾਪ ਸਾਰੀ ਜ਼ਿੰਦਗੀ ਅਤੇ ਪੀਰ ਅਲੀ ਸਾਹਿਬ ਹੁਣਾਂ ਤੋਂ ਸਾਡੀ ਦਾਦੀ ਨੇ ਖਡਾਇਆ ਹੱਥੀ ਦਸ ਸਾਨੀ ਸਰਕਾਰ ਦੇਸ਼ ਜਾਂਦੇ ਸੀ ਜਦੋਂ ਦੇਸ਼ ਗਏ ਤੇ ਗਰੀਬੀ ਸਾਡੇ ਦਾਦੀ ਦਾਦੇ ਜ਼ਮੀਨ ਦੇ ਵਿੱਚ ਦੱਬ ਉੱਗੀ ਹੋਈ ਬੁਰੇ ਹਾਲ ਬੌਂਕੇ ਦਿਹਾੜੇ ਜੋ ਚੌਂਤਾ ਪਿੰਡ ਸੀ ਉੱਥੇ ਜਾ ਕੇ ਰਾਤ ਠਹਿਰੇ ਅਤੇ ਸਵੇਰੇ ਸਾਡੇ ਜਿਹੜੇ ਬਾਪ ਸੀ ਉਹਨਾਂ ਚਾਹੋਂ ਭਰਾਵਾਂ ਨੇ ਹਾਲ ਜੋੜਿਆ ਬਾਬਾ ਹੁੱਕਾ ਲਾ ਕੇ ਬੈਠਾ ਹਾ ਅਤੇ ਇੱਕ ਚਾਚਾ ਸਾਡਾ ਜਿਹੜਾ ਪਿੱਛੇ ਪਿੱਛੇ ਡੰਗਰ ਛੱਡਦੇ ਬਾਅਦ ਚੌਣਾ ਚਾਰਨ ਵਾਸਤੇ ਉਹਨਾਂ ਸਰਕਾਰਾਂ ਦੀ ਘੋੜੀ ਨੇ ਕਢਾਈ ਸਾਡੇ ਬਾਬੇ ਨੇ ਕਿਹਾ ਉਹ ਮੁੰਡਿਆ ਛੱਡ ਦਿਓ ਢੱਗੇ ਸਾਨੀ ਸਾਹਿਬ ਆ ਗਏ ਕਿ ਘੋੜੀ ਹੁਣ ਅੱਗੇ ਦੇਖੀ ਆਉਂਦੇ ਸੀ ਘੋੜੀ ਦੇਖਣੀ ਜੋ ਦੇਖਦੇ ਸੀ ਉਹਨੇ ਆਖਿਆ ਘੋੜੀ ਆ ਗਈ ਉਹਨੇ ਆਖਿਆ ਠੀਕ ਹੈ ਘੋੜ ਛੱਡ ਦਿੱਤੇ ਡੰਗਰ ਕਿਹੜੀਆਂ ਬਿਜਲੀਆਂ ਸੀ ਅੰਬ ਦਾ ਬੂਟਾ ਬੜਾ ਤਗੜਾ ਕਹਿੰਦਾ ਲੰਬੜਦਾ ਹੁਣ ਇੱਥੇ ਆਪਾਂ ਘੜੀ ਆਰਾਮ ਕਰ ਲਈਏ ਬਿਲਕੁਲ ਹਾਂ ਉਹਨੇ ਆਖਿਆ ਠੀਕ ਹੋ ਗਿਆ ਅਤੇ ਘਰ ਸਾਡੇ ਦਾਦੀ ਦਾਦੇ ਨਾ ਆਟਾ ਖਾਣ ਨੂੰ ਨਾ ਕੋਈ ਦਾਣਾ ਦਾਣਾ ਬਾਅਦ ਜ਼ਮੀਨ ਵਿੱਚ ਦੱਬ ਹੋ ਗਈ ਜੰਗਲ ਪਿਆ ਹਾ ਉਹ ਦਾਦਾ ਸਾਡਾ ਗਿਆ ਘਰ ਘਰ ਜਾਂਦਿਆਂ ਦਾਦੀ ਸਾਹਿਬ ਨੇ ਕਹਿਣ ਲੱਗਾ ਵੀ ਮਾਈ ਰਹਿਣ ਤੇ ਪੀਰ ਆ ਗਏ ਅਤੇ ਕੋਈ ਲੰਗਰ ਪਾਣੀ ਥੋੜ੍ਹਾ ਜਿਹਾ ਕੋਈ ਸਿਰ ਆਟਾ ਮਰਿਆ ਕੋਈ ਭਾਈ ਅੱਧਾ ਆਲ ਪਕਾਈ ਪਕਾ ਕੇ ਲੈ ਕੇ ਤੁਰ ਗਏ ਉੱਥੇ ਜਾਂਦੇ ਦੁਨੀਆ ਮਗਰ ਤੁਰੀ ਜਾਵੇ ਹਾਂਜੀ ਉਹ ਮਗਰੇ ਤੁਰੇ ਹੋਏ ਉਹ ਚਟਈ ਹੁੰਦੀ ਸੀ ਚਾ ਚਾਫਰੀ ਕਰਦੇ ਸੀ ਦੋਹਰੀ ਕਰਕੇ ਉੱਤੇ ਰਹਿੰਦੇ ਸੀ ਉਹਨਾਂ ਦਾ ਦਾਦੇ ਨੇ ਤਾਂ ਲਾ ਕੇ ਥੱਲੇ ਰੱਖ ਲਈ ਕਿਉਂਕਿ ਬਹਿ ਜੋ ਸਕਦਾ ਦੁਨੀਆ ਆਈ ਗਈ ਬਹਿ ਗਈ ਜਦੋਂ ਲੰਗਰ ਲਾ ਗਿਆ ਤਾਂ ਲੰਗਰ ਤੇ ਸੀ ਉਹ ਸੇਰ ਜਾਂ ਦੋ ਸਰ ਥੋੜ੍ਹਾ ਦੁਨੀਆ ਜਿਹੜੀ ਉਹ ਦੇ ਕੇ ਸਾਡੇ ਜਿਹੜਾ ਦਾਦਾ ਸੀ ਉਹ ਘਬਰਾ ਗਿਆ ਵੀ ਇੰਨੀ ਦੁਨੀਆ ਕਿੱਥੋਂ ਦਿਆਂਗੇ ਉਹਨੇ ਚਾਦਰ ਉੱਤੇ ਦਿੱਤੀ ਤਾਂ ਕਹਿੰਦਾ ਬੰਨ ਲਓ ਝੋਲੀ ਭਾਵੇਂ ਭਾਵੇਂ ਠੱਬੀਆਂ ਰੋਟੀਆਂ ਦੇਈਗਾ ਤਾਂ ਕਹਿੰਦਾ ਦੇਈ ਜਾਓ ਤਾਂ ਲੰਗਰ ਵੀ ਦੇਈ ਜਾਓ ਦੋ ਸੌ ਸੀ 250 ਬੰਦਾ ਸੀ ਉਹਨੇ ਖਾ ਲਿਆ ਤੇ ਕਹਿਣ ਲੱਗੇ ਲੈ ਜਾਓ ਨੰਬਰਦਾਰਾ ਪਿੰਡ ਜਾ ਕੇ ਨਾ
ਲੰਗਰ ਲੋਕਾਂ ਨੇ ਵੀ ਦਿਓ, ਆਪ ਵੀ ਨਾ ਖਾ ਕੇ ਬਹਿ ਜਾਓ, ਲੋਕਾਂ ਨੂੰ ਵੀ ਦਿਓ। ਇਹ ਉਹਨਾਂ ਦੀਆਂ ਕਰਾਮਤਾਂ ਸੀ। ਉੱਥੋਂ ਆ ਗਏ ਪਿੰਡ, ਜੋ ਸਾਡਾ ਨਾਈ ਹੁੰਦਾ ਸੀ ਉਹਦੇ ਨਾਲ ਬਹੁਤ ਪਿਆਰ ਸੀ। ਉਹਨਾਂ ਦੀ ਨਸਲ ਹੁਣ ਤੱਕ ਮੋਟਰਸਾਈਕਲਾਂ ਦੀ ਤਿਆਰੀ ਕਰਨ ਲੱਗ ਪੈਂਦੀ ਹੈ। ਉਹ ਬਾਬਾ ਉਹਦਾ ਆਲਮਦੀਨ ਨਾਂ ਸੀ, ਜੋ ਕੋਠੇ ਉਹਦੇ ਇੱਦਾਂ ਦੇ ਬਣਦੇ ਤੋੜੇ ਪਾਏ, ਥੱਲੇ ਬੂਹੇ ਮਤਲਬ ਖੱਡੀਆਂ ਕੱਢੀਆਂ ਹੋਈਆਂ, ਮੀਂਹ ਪੈਣਾ ਤੇ ਝੜ ਦੇਣਾ ਪਾਣੀ ਬਾਹਰ ਬਾਹਰ ਤੋੜ ਦੇਣਾ, ਹਾਂ ਔਖਾ। ਉਹ ਨੀਵੇਂ ਹੋ ਕੇ ਜਾ ਕੇ ਉਹਦੇ ਵਿੱਚ ਵੜ ਗਏ, ਬਹਿ ਗਏ, ਲੰਗਰ ਪਾਣੀ ਹੋਣ ਲੱਗ ਪਿਆ। ਦੁਨੀਆ ਪਿੰਡ ਨਿਕਲ ਕੇ ਆ ਗਿਆ, ਉਹਨੇ ਕਿਹਾ ਲੰਬਰਦਾਰ ਤੇਰਾ ਪੀ ਰਿਹਾ, ਉਹਨੇ ਕਿਹਾ ਦੁਆ ਤੇ ਕਰ ਦੇ, ਹਾਂਜੀ ਇਸ ਜੰਗਲ ਨੂੰ ਅੱਲਾ ਆਬਾਦ ਕਰ ਦੇ। ਖੁਸ਼ਕਿਸਮਤ ਲੋਕ ਨੇ ਜਿਹਨਾਂ ਨੇ ਦੁਆ ਕੀਤੀ। ਘਰ ਦਿਨ ਚੜਿਆ, ਮੇਰੇ ਪੁੱਛਿਆ ਦੱਸਿਆ ਵੀ ਹਾਂ ਵੀ ਕਿੱਦਾਂ ਤੁਹਾਡੀ ਫਸਲ ਬਾੜੀ, ਜਿਹੜਾ ਕੰਮ ਪੁੱਛਣਾ ਹੀ ਹੁੰਦਾ ਨਾ। ਅਸੀਂ ਐਸੇ ਆਏ ਕਿ ਮਕਸਦ ਨੂੰ ਆਏ, ਤੇ ਕੱਲ ਦੇ ਆਣ ਕੇ ਬੈਠੇ ਆ, ਪਰਸ ਕੱਲ ਨੂੰ ਜਾਣਾ, ਤੁਹਾਨੂੰ ਮਿੰਟ ਦਾ ਵੇਹ ਨਹੀਂ ਲੱਗਣ ਦਾ ਕਿਸੇ ਦਾ। ਬਿਲਕੁਲ ਸਹੀ ਗੱਲ ਹੈ। ਅੱਛਾ, ਉਹ ਬਾਹਰ ਨਿਕਲੇ, ਕਹਿੰਦਾ ਮੰਗੋ ਦੁਆ। ਸੋਨੀ ਸਰਕਾਰ ਨੇ ਦੁਆ ਮੰਗੀ, ਦਰਿਆ ਪਿਆ ਰੇਤ ਉੱਤੇ ਕਰ ਗਿਆ, ਦੱਬ ਥੱਲੇ ਦੱਬ ਗਿਆ, ਜੋ ਸਾਡੇ ਵੱਡਿਆਂ ਬੀਜਿਆ ਭਡੋਲੇ ਉੱਤੋਂ ਮੋਗਾ ਸਾਨੀ ਪਾਇਆ ਰੇਖ ਰੇਖ। ਅਸੀਂ ਤੇ ਇਹਨਾਂ ਦਾ ਸਦਕਾ ਖਾ ਰਹੇ ਹਾਂ, ਅਸੀਂ ਅੱਜ ਦੇ ਨਹੀਂ ਸਾਡੀਆਂ ਨਸਲਾਂ ਮੋਗੀ ਬੀਜ ਗਈਆਂ। ਅਜ਼ਾਨ ਹੋ ਰਹੀ ਸੀ ਇਸ ਲਈ ਅਸੀਂ ਥੋੜ੍ਹੀ ਦੇਰ ਲਈ ਵਕਫਾ ਲਿਆ, ਔਰ ਆਪਣੀ ਗੱਲ ਨੂੰ ਅਸੀਂ ਉੱਥੇ ਹੀ ਜਾਰੀ ਰੱਖਦੇ ਹਾਂ, ਬਜ਼ੁਰਗਾਂ ਨਾਲ ਗੱਲ ਕਰਨੇ ਹਾਂ। ਜੀ ਬਜ਼ੁਰਗ, ਹਾਂਜੀ, ਜਿਹੜਾ ਵਾਕਿਆ ਸੁਣਾ ਰਹੇ ਹੋ, ਹਾਂਜੀ, ਫਿਰ ਰੀਜ਼ ਰੀਜ਼ ਗੱਲਾਂ ਪਾ ਨੇ ਕਰ ਦਿੱਤਾ, ਹਾਂਜੀ, ਫਿਰ ਉਹ ਸਾਡੀ ਜੋ ਦਾਦੀ ਨੇ ਆਉਣਾ ਅਤੇ ਪੀਰ ਅਲੀ ਸਾਹਿਬ ਨੇ ਕਹਿਣਾ ਲੋਕਾਂ ਨੂੰ ਹਟ ਜਾਓ ਗਾੜੀਆਂ, ਪਰੰਪਰਾ ਹਟ ਜਾਓ, ਮਾਈ ਸਾਹਿਬ ਆ ਰਹੀ ਹੈ, ਆਉਣ ਕੇ ਪਿਆਰ ਦੇਣਾ। ਸਾਡੇ ਨਾਲ ਬਹੁਤ ਪਿਆਰ ਸੀ, ਸਾਨੂੰ ਦੇਸ਼ ਘਰ, ਹਾਂ ਖੁਸ਼ੂਸੀ ਮੁਹੱਬਤ, ਜਾਂ ਉਹਨਾਂ ਨੇ ਕਹਿਤਾ ਸਾਡਾ ਤਾਇਆ ਲੰਬੜਦਾਰ ਸੀ, ਇੱਥੇ ਆ ਗਏ ਅਤੇ ਪੀਰ ਅਲੀ ਸਾਹਿਬ ਸਰਕਾਰ ਦਾ ਟਾਈਮ ਸੀ ਅਤੇ ਉੱਥੇ ਬੈਠਾ, ਕਹਿੰਦਾ ਚਲੇ ਜਾਓ ਹੁਣ, ਉੱਠ ਕਰੋ ਵਜਾਓ, ਨਹੀਂ ਤਾਇਆ ਸਾਡਾ ਉੱਠਿਆ, ਉਮਰ 100 ਸਵਾ 100 ਸਾਲ ਸੀ, ਕਹਿੰਦਾ ਉੱਠ ਕਰੋ ਲੰਬਰਦਾਰਾ ਹੁਣ ਚਲੇ ਜਾ, ਕਹਿੰਦਾ ਮੇਰਾ ਜੀ ਨਹੀਂ ਕਰਦਾ, ਕਹਿੰਦਾ ਮੇਰੇ ਕੋਲ ਰਹਿ ਫਿਰ 2 ਸਾਲ, ਤੈਨੂੰ ਕੁਛ ਨਹੀਂ ਹੁੰਦਾ, ਅਸੀਂ ਚਲੇ ਗਏ। ਅਸੀਂ ਕਹਿੰਦਾ 2 ਸਾਲ ਨਹੀਂ ਤੂੰ ਮਰਦਾ, 2 ਸਾਲ ਨਹੀਂ ਮਰਨਾ, ਸੱਚ ਦੇ ਮੂੰਹੋਂ ਨਿਕਲਿਆ ਯਾਰ, ਇਹ ਕਦੀ ਹੋ ਸਕਦੀ ਆ, ਪੂਰੀ ਹੋਣੀ ਸੀ ਉਹ ਗੱਲ, ਪੂਰੀ ਹੋਣੀ ਸੀ, ਲੈ ਜਾਂਦਾ ਟਾਈਮ ਤੁਹਾਨੂੰ ਦਿੱਤਾ ਵਾ ਕਿ ਹੋਰ ਤਾਬੇ 'ਚ ਪਾ ਲਓ। ਇਹ ਹਕੀਕਤ ਜਿਹੜੀਆਂ ਬੀਤੀਆਂ ਉਹ ਕੀਤੀਆਂ ਮੈਂ ਕਹਿੰਦਾ, ਜੇ ਸਾਡਾ ਕੋਈ ਨਿਆਣਾ ਗੱਲ ਕਰੇ ਨਾ ਹਾਂਜੀ ਕਿਸੇ ਦੀ, ਮੈਂ ਕਹਿੰਦਾ ਛੱਡੋ, ਉਹ ਤਾਂ ਗਨਾਹ ਝਾੜੀ ਆਉਣ ਆਪਣੇ ਕੋਲ ਹੀ ਆਉਣ, ਕੀ ਲੱਭਣਾ ਆਪਣੀ ਕਰੋ, ਆਪਣੀ ਗੱਲ ਕਰਨੀ ਚਾਹੀਦੀ, ਕਿਸੇ ਦਾ ਫਾਇਦਾ ਕੀ ਕਰਨ ਦਾ, ਜਿਹੜੀ ਦੇਖੀ ਦੀ ਹੋਏ ਉਹ ਕਰੋ, ਉਹ ਕਰੋ। ਜੀ ਜੀ ਬਾਈ ਕਿੱਥੋਂ ਆਏ ਹੋ? ਮੈਂ ਨਾਰਵਲ ਤੋਂ ਆਇਆ, ਨਾ ਮਾਸ਼ਾਅੱਲਾ। ਸਾਡੇ ਮਹੱਲੇ ਇੱਕ ਬਾਬਾ ਜੀ, ਹਾਂਜੀ, ਉਹਨਾਂ ਦਾ ਪੋਤਾ ਦੱਸਦਾ ਜੀ, ਅੱਛਾ, ਕਿ ਉਹ ਜੁਮੇ ਰਾਤ ਦੀ ਰਾਤ ਨੂੰ ਚੱਲਦੇ ਰਹੇ ਨੇ ਅਤੇ ਜੁਮਾ ਆ ਕੇ ਫਜਰ ਜਿਹੜੀ ਉਹ ਨਮਾਜ਼ ਉਹਨਾਂ ਦਰਬਾਰ ਸ਼ਰੀਫ ਪੀਰਾਂ ਦੇ ਪਿੱਛੇ, ਪੀਰ ਅਲੀ ਹੁਸੈਨ ਸ਼ਾਹ ਸਾਹਿਬ, ਹਾਂਜੀ, ਉਹ ਕਹਿੰਦੇ ਨੇ ਕਿ ਮੈਂ ਇੱਕ ਦਫਾ ਆ ਰਿਹਾ ਅਤੇ ਡੋਂਗੀਆਂ ਮੋੜ ਦੇ ਲਾਗੇ ਮੈਨੂੰ ਬਾਹਰ ਦੀਆਂ ਚੀਜ਼ਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਸ 'ਚ ਗੱਲਾਂ ਕਰਦੀਆਂ ਨੇ ਕਿ ਬਾਬੇ ਦੀ ਸੰਘੀ ਕਿਉਂ ਨਹੀਂ ਮਲੋੜਦਾ, ਤੋ ਜਿਹੜਾ ਅੱਗੇ ਸੀ ਉਹ ਆਉਂਦਾ ਮੈਂ ਤੇ ਗਾਂ ਜਾਂਦਾ, ਬਾਬਾ ਡੰਗੋਰੀ ਵਾਲਾ ਨਹੀਂ ਜਾਣ ਦਿੰਦਾ। ਕਹਿੰਦੇ ਨੇ ਮੈਂ ਸੁਬਾਹ ਫਜਰ ਦੀ ਨਮਾਜ਼ ਪੀਰਾਂ ਦੇ ਪਿੱਛੇ ਪੜ੍ਹੀ ਇੱਥੇ ਅਤੇ ਪੀਰਾਂ ਨੂੰ ਮੈਂ ਮਿਲਿਆ ਤੂੰ, ਕਹਿੰਦੇ ਨੇ ਵੀ ਆਪ ਵੀ ਨਹੀਂ ਸੌਂਦੇ, ਸਾਨੂੰ ਵੀ ਨਹੀਂ ਸੌਣ ਦਿੰਦੇ, ਇਹ ਕਰਾਮਾਤਾਂ ਨੇ ਮੇਰੇ ਹਜ਼ੂਰ ਸ਼ਹਿਨਸ਼ਾਹ ਲਸਾਨੀ। ਸਾਡੇ ਨਾਲ ਇੱਕ ਹੋਰ ਬਜ਼ੁਰਗ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰਨੀ ਆ, ਪੁੱਛਦੇ ਉਹਨਾਂ ਦਾ ਹਾਲ ਅਹਿਵਾਲ। ਜੀ ਬਜ਼ੁਰਗ, ਕੀ ਨਾਂ ਤੁਹਾਡਾ? ਜੀ ਮੇਰਾ ਨਾਂ ਤਾਂ ਮੁਹੰਮਦ ਸ਼ਰੀਫ, ਤੁਹਾਨੂੰ ਮੈਂ ਨਾ ਹਾਂਜੀ ਨਪਾੜੀ ਹਾਂ, ਇੱਕ ਮੈਂ ਵੇਖਿਆ, ਹਾਂਜੀ ਅਸੀਂ ਵੀ ਨਪਾੜੀ ਹਾਂ, ਸਰਕਾਰ ਅਲੀ ਹੁਸੈਨ ਸ਼ਾਹ ਦੇ ਮਰੀਜ਼ ਹਾਂ ਅਸੀਂ, ਹਾਂਜੀ, ਅਤੇ ਔਖੀ ਭਾਰੀ ਬਣ ਗਈ, ਹਾਂਜੀ, ਕੋਈ ਡੰਗਰ ਔਰ ਗਏ ਇੱਕ ਦੋ, ਹਾਂਜੀ, ਅਤੇ ਮਾਰੀ ਆ ਗਈ ਡੰਗਰਾਂ 'ਤੇ, ਹਾਂ, ਮੇਰਾ ਪਿਓ ਆਖਣ ਲੱਗਾ ਯਾਰ ਤੂੰ ਉੱਥੇ ਪੀਰਾਂ ਕੋਲ ਜਾ, ਮੈਂ ਉੱਥੋਂ ਜਨਾਬ ਤੁਰ ਪਿਆ। ਅੱਛਾ, 3 ਵਜੇ ਗੱਡੀ ਸਾਡੇ ਰੇਲਵੇ ਸਟੇਸ਼ਨ 'ਤੇ ਲਾਹੌਰੋਂ ਆਉਂਦੀ ਸੀ, ਅੱਛਾ, ਨਾਰੋਵਾਲ ਨੂੰ, ਮੈਂ ਉਹ ਗੱਡੀ 'ਤੇ ਬਹਿ ਗਿਆ, ਅੱਗੋਂ ਫਿਰ ਗੱਡੀ ਚੱਲੀ, ਮੈਂ ਇੱਥੇ ਉੱਤਰ ਕੇ ਅਲੀਪੁਰ 'ਤੇ ਇੱਥੇ ਸਰਕਾਰ ਕੋਲ ਆ ਗਿਆ, ਪੁੱਛਿਆ
हाँ एक उन्हें आख्या मेरे प्यो ने भाई किला बेरी का एक चप्पनी लै दी। अच्छा चंगा मैं लैके आया तो बंदे बैठे हैं पाँच चार मैं जी मैं सरकार मिलना हली सैन मैं हा आया बुआ लत्था ही आ टुपया ला के बुआ चला जा उत्थे ही आशा उत्थे गया ते अगे बैठे ते मैं जाके सलाम लिया गोडे गाडे कुटे कहते ने आ भाई मम्मी शरीफ नाम भी याद है खुशकिस्मत पीरा वेख्या पीरा नाम भी याद सिर्फ ना उदो थोड़ा चिर होया कोई छे सत महीने बैत हो ते ओ मैं भी पछाण लै तो उन्हें आख्या आ भाई मोहम्मद शरीफ आ गया पर वेला बीत गया तो फिर आए मैं लै भाई अच्छा बह गए अहे किला लिया मैं हाँ जी चपनी मैं हाँ जी एक मौलवी आवाज मारी आया आंदा आ लै लिया भाई किला बना दे ते चपनी भी बना दे उत लिख दी देना ला पुत्र बन दी बूहे नाल चपनी अच्छा किले नाल जिसे डंगर बज दो उत्थे बन किला ला दी सही है ठोक दी ते मैं जी सट ला के टोआ कढ के आंदे ने नहीं सट ला के मुंगली ना ठोको चंगा ते मैनू आंदे ने जाओ फिर हुण तुसी सवेरे सवेरे मैनू इन्नी भुख पैंदी है जरा लेखा ही नहीं। अच्छा मैं क्या मैं हुण ना भी ना कर सका पर मैं नहीं जांदा थोड़ा जा तुरा ते मेरे को तुरया ना जाए भुख नाल आ मैं फिर परत पा ते वेख के ना ते जावां उधरे बुआ ला के अजे थोड़ा जा और जा मम्मी शरीफ तुर जा मैं फिर मुड़ा तीजी बारी फिर मैं कोल ही चला गया मैं सरकार मैं बुखाला बड़ा जे हूँ मैं 3 बजे तक गड्डी बैठा आ गया थोड़े को अपड़ गया तो मेरे को हूँ ना स्टेशन तक औखा जाया जाना भुख भुख बड़ी है आंदा पुत्र लंगर बड़ा तो मिल जाना ही। अच्छा आदि लंगर ही देना ही पर तुहानू देना नहीं है मैं सरकार ठीक है फिर नहीं देना तो फिर अं तुर पे तो आंदा गल सुनो दसो जी मैं भौंक चला गया मैं इस तरह बह गया आंद ने इधर नू जाना ना हा आहो आओ उत्थे जे ना मोड़ है जिहड़ा उत्थे लगा सी इंजन उन्होंने। अच्छा लगे आखन उस इंजन को चला जाए उतों उन्होंने झाती मारे तो मूलियां नहीं 2 किले उतों मूली पुट ली कोई खाण वाली वेख के। अच्छा अपनी पसंद हाँ मैं चंगा मैं गया तो जाके जो मैं पैली च वड़िया ना तो 2 बंदे दूसरे किले की अगली वट से बैठे आते ने एक आंदा जवान की गल इधर क्यों है हाँ तो दूसरा आंदा पैली च वड़ गया मैं। अच्छा तो दूसरा आंदा हाँ चुप कर वह आप नहीं आया किसी का खलिया ही किसी ने भेजे है नहीं आया। अच्छा उठ के आ गए आखन लगे भाई भाई मूली खाण वाली पुटनी है या मतलब घर खड़नी है। अच्छा मैं नहीं जनाब मैं ना भुख बड़ी लगी है तो मैं खानी है तो सरकार ने फरमाया ही उतो मूली खाँदा जा उन्हें आख्या धो धा के ना उतो आलू चो रात का पीठ चलिया बनाए तो उत्थे चबच्चे च पानी है उतो धो के कपड़े ना पूंज के ते नाले खांदा जा ते नाले तुरिया जा मैं ठीक है जी मैं आ गया वो भी वेखन लग मूली एडी मोटी इन्नी नुची अच्छा वो उन्होंने फिर के ना तो एक लभी आंदे ने आ लै वह एडी मोटी थी इन्नी लम्मी मैनू देती मैं धो के ना तो परने ना पूंज के ना उन्होंने सुखा के मैनू काली मैं छेती अंदर सुटा अग लगी वो जनाब जो मैं खान लगा ना तो मैं इंज करके ना तो इन्नी इंज को चुंज भन ली वो मैं खाण लग पाया तुरया जाना नाले खाँदा जाना लो जी यकीन करो वाह सुभान अल्लाह सदके जावा मैं मसा वो खाधी मसा मुश्किल ढिड भर गया मेरा तो नाल ये आखियो ना जी बद जाएगी छुट्टी ना ओनू घर लै जी ते चीर के ते सारे जी खान ते गाले करें
ਉਹ ਮੱਝ ਇੱਕ ਤੇਰੀ ਮਰ ਗਈ ਹੈ ਅਤੇ ਦੂਜੀ ਜਿਹੜੀ ਉਹ ਬਿਮਾਰ ਹੈ ਅਤੇ ਪੱਠੇ ਵੀ ਥੋੜ੍ਹੇ ਬਹੁਤੇ ਖਾਂਦੀ ਹੈ। ਮੈਨੂੰ ਖੁਦ ਉਹਨਾਂ ਦੱਸਿਆ ਅਲੀ ਹੁਸੈਨ ਸ਼ਾਹ ਸਰਕਾਰ ਨੇ। ਮੈਂ ਆਹੋ ਉਹ ਜੂਆਂ ਮਰ ਗਈਆਂ ਨੇ ਉਹਦੀਆਂ, ਬੜੀ ਜੂੰ ਪਈ, ਬੜੀ ਜੂੰ, ਕਿਤੇ ਪੋਟਾ ਤਰਨ ਨੂੰ ਥਾਂ ਨਾ। ਆਹ ਫਿਰ ਉਹ ਕਿਸ ਤਰ੍ਹਾਂ ਨਿਕਲੀ ਸੀ ਜੂੰ ਹੱਟੀ ਸੀ। ਮੈਂ ਜਨਾਬ ਉਹ ਆਏ ਸਨ ਉਹਨਾਂ ਜ਼ਮਾਨਿਆਂ 'ਚ ਨਾ ਮੱਛਰ ਘਰਾਂ 'ਚ ਸਪਰੇ ਕਰਦੇ ਹਨ, ਉਹ ਬੜਾ ਵਾਕਫ ਸੀ, ਉਹ ਕੁੱਲਾ ਮੰਡਿਆਲਾ ਪਿੰਡ ਹੈ। ਹਾਂਜੀ ਹੈ ਬਿਲਕੁਲ। ਅਤੇ ਉਹ ਸਾਡਾ ਗਾੜੂ ਵਾਲੇ ਅਤੇ ਉਹ ਦੀਨ ਮਮਦੋ ਦਾ ਨਾਂ ਸੀ, ਮਿਆਉਂ ਸੀ ਅਤੇ ਉਹ ਨਾ ਉਹਨਾਂ ਦਾ ਯਾਨੀ ਉਹਦੀ ਮਦਦ ਸਨ ਬੰਦੇ ਅੱਗੇ, ਉਹਦੇ ਲੇਬਰ ਸੀ ਉਹਦੀ ਲੇਬਰ। ਹਾਂ ਉਹਨੂੰ ਮੈਂ ਦੀਨ ਮੰਦਾ, ਹਾਂ ਮੈਂ ਯਾਰ ਆ ਮੇਰੀ ਮੱਝ ਨੂੰ ਸਪਰੇਅ ਕਰਦੇ ਹਾਂ, ਕਹਿੰਦਾ ਮਾਰਨੀ ਆ। ਮੈਂ ਨਹੀਂ ਮਰਦੀ ਸਪਰੇਅ ਕਰਦੇ। ਉਹ ਕਹਿੰਦਾ ਜਦੋਂ ਮੂੰਹ ਕੀਤਾ ਨਾ ਮੈਂ ਇਹਨੇ ਇੱਕ ਵਾਰੀ ਜੀਭ ਲਾਈ ਅਤੇ ਮੱਝ ਉਹ ਜਾ ਬਣੀ। ਮੈਂ ਕਿਹਾ ਇਹ ਗੱਲ ਕਰ, ਮੈਂ ਉਹ ਕੰਮ ਕਰ ਲੈਂਦਾ, ਮੈਂ ਇੱਥੋਂ ਵੱਢ ਕੇ ਨਾ ਡੰਡੇ ਘਾੜ ਕੇ ਅਤੇ ਮੈਂ ਗੱਲ 'ਚ ਪਾ ਲਵਾਂਗਾ ਉਹਦੇ, ਜਿਹੜਾ ਐਵੇਂ ਦੇ ਆਉਂ ਮੂੰਹ ਨਾ ਮੁੜੇ, ਇੰਤਜ਼ਾਮ ਕਰਾਂਗਾ। ਆਉਂਦਾ ਅੱਛਾ ਫਿਰ ਇਹ ਨਹੀਂ ਕਰ, ਉਹ ਤੁਹਾਡੀ ਹਵੇਲੀ 'ਚ ਕਰ ਦਿੱਤੀ ਹੈ ਸਪਰੇ, ਅਤੇ ਉਹ ਮੈਂ ਹੀ ਬਾਹਰ ਬੱਧੀ ਅਤੇ ਬੜੀ ਮਾੜੀ। ਆਉਂਦਾ ਅੰਦਰ ਬੰਨ ਛੜੀ, ਅੰਦਰ ਉਹਨੂੰ ਬੰਨ ਛੜੀ ਅਤੇ ਮੈਂ ਉਹ ਪਿੰਡ 'ਚ ਕਰਕੇ ਅਤੇ ਪਾਉਂਦਾ ਆਉਂਦਾ ਕਰ ਜਾਵਾਂਗਾ ਇੱਧਰ ਵੀ। ਉਹ ਮੈਂ ਅੰਦਰ ਬੱਧੀ ਨਾ ਜਰਾ ਕੇ ਅਤੇ ਮੁੜ ਕੇ ਮੈਂ ਇਸ ਤਰ੍ਹਾਂ ਨਾਲ ਹੀ ਘਰ ਸੀ, ਘਰੋਂ ਬਾਹਰ ਨਿਕਲਿਆ। ਮੈਂ ਵੇਖਿਆ ਜੂੰ ਇੱਕ ਵੀ ਨਾ, ਉਹ ਬਾਸ਼ਨਾ ਨਾ ਮਰ ਗਏ, ਜੂੰ ਉੱਥੇ ਦੀ ਉੱਥੇ ਹੀ ਸੌਂ ਗਈਆਂ। ਮੈਂ ਲਾ ਬਾਈ ਜੂਆਂ ਤਾਂ ਮਰ ਗਈਆਂ ਨੇ। ਅੱਛਾ ਉਸ ਤੋਂ ਬਾਅਦ ਫਿਰ ਮੈਂ ਆਇਆ ਨਾ ਇੱਧਰ ਸਰਕਾਰ ਵੱਲ। ਹਾਂਜੀ ਅਤੇ ਉਹਨਾਂ ਆਖਿਆ ਵੀ ਉਹਦੀ ਮੱਝ ਹੈ ਨਾ ਉਹਨੂੰ ਜਿੰਨੇ ਦੀ ਵਿਕਦੀ ਹੈ ਵੇਚ ਛੜੀ, ਉਹ ਨਹੀਂ ਬਚਣਾ, ਅੱਗੋਂ ਵਾਲਾ ਬਰਕਤ ਦਏਗਾ ਇਨਸ਼ਾਅੱਲਾ। ਠੀਕ ਹੈ ਜੀ। ਉਹ ਆਹਾਂ ਜਾ ਕੇ ਅਤੇ ਉਹਦੀ ਮੂਲੀ ਸੀ ਮੈਂ ਰੱਖ ਛੜੀ, ਘਰ ਗਿਆ ਅਸਾਂ ਝੋਲੇ 'ਚ ਪਾ ਲਏ। ਉਦੋਂ ਖੱਦਰ ਦੇ ਝੋਲੇ ਆਮ ਹੁੰਦੇ ਹਨ, ਸਵਾਏ ਅਤੇ ਅੱਗੇ ਪਿੱਛੇ ਜਾਣਾ ਬਾਜ਼ਾਰ ਦੀਆਂ ਰੋਟੀ ਵਗੈਰਾ। ਹਾਂ ਅੱਛਾ ਉੱਥੇ ਸਰਕਾਰ ਮੈਂ ਗਿਆ, ਜਾ ਕੇ ਜਦੋਂ ਮੈਂ ਅਤੇ ਘਰ ਆਉਂਦੇ ਨੇ ਆ ਗਿਆ। ਮੈਂ ਆਹੋ ਉਹ ਦੇ ਦਿੱਤੇ ਉਹਨਾਂ ਨੂੰ ਮੂਲੀ, ਮੈਂ ਲਓ ਕੱਟ ਕੇ ਸਾਰੇ ਹੀ ਖਾਓ, ਇਹ ਪੀਰ ਹੋਰਾਂ ਦੀ ਆਵਾਜ਼ ਸਾਰੇ ਹੀ ਖਾਓ। ਉਹਨਾਂ ਨਮਕ ਕਿਸੇ ਲਾਇਆ ਕਿਸੇ ਨਾ ਲਾਇਆ ਖਾ ਲਈ। ਮੈਨੂੰ ਆਉਂਦੇ ਨੇ ਰੋਟੀ ਟੱਬਰ ਮੇਰਾ ਆਉਂਦਾ ਭਾਈ ਰੋਟੀ ਭੁੱਖ ਲੱਗੀ ਹੋਣੀ ਤੁਹਾਨੂੰ। ਮੈਂ ਭੁੱਖ ਤਾਂ ਮੈਨੂੰ ਲੱਗਣੀ ਨਹੀਂ ਹੁਣ, ਸਰਕਾਰ ਦੀ ਮੂਲੀ ਖਾਧੀ ਆ ਜਿਹੜੀ ਉੱਥੋਂ ਪੰਨੀ ਹੈ ਇੰਨੀ ਖਾਧੀ ਹੈ, ਬਸ ਮੈਂ ਪੁਰ ਹੋ ਗਿਆ, ਸ਼ਾਮ ਨੂੰ ਰੋਟੀ ਖਾਧੀ ਹੈ। ਅਤੇ ਅੱਲਾ ਨੇ ਅੱਗੋਂ ਮਾਸ਼ਾਅੱਲਾ ਮੌਜਾਂ ਹੀ ਮੌਜਾਂ ਨੇ ਉਦੋਂ ਦੀ ਮੌਜਾਂ ਹੀ ਮੌਜਾਂ ਨੇ। ਆਹ ਪੀਰਾਂ ਨੇ ਲਾ ਚੱਲੀਆਂ ਨਮਾਜ਼ ਦਾ ਟਾਈਮ ਹੋ ਗਿਆ ਬਾਅਦ ਵਿੱਚ। ਆਹੋ ਨਮਾਜ਼ ਬਹੁਤ ਸ਼ਿਰਕਤ ਕਰਨ ਵਾਲੇ ਤਮਾਮ ਅਹਬਾਬ ਦਿਲ ਕੀ ਅੱਖਾਂ ਗਹਿਰਾਂ ਨੂੰ ਸੁਖ ਸ਼ਾਂਤੀ ਕਹਿਤੇ ਗੁਰੂ ਕੇ ਨਾਮ ਸੁਭਾਨ ਫਰਮਾਵੇ ਪਿੱਛੇ ਪਿੱਛੇ ਬੰਦੇ
No!